ਸਾਇਕ ਕਰਦਾ ਹਾਂ ਵੀਰਾ ਤੇ ਭੈਣਾ ਦਾ ਤੁਹਾਡੇ ਆ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਲੈ ਕੇ ਆਇਆ ਹਾਂ ਜੀ ਜਿਸ ਦੇ ਵਿੱਚ ਖੇਤੀਬਾੜੀ ਤੇ ਪਿੰਡੂ ਵਿਕਾਸ ਬੈਂਕ ਉਹਦੇ ਵਿੱਚ ਭਰਤੀ ਜਿਹੜੀ ਹੈ ਜੀ ਨਿਕਲ ਕੇ ਆ ਚੁੱਕੀ ਹੈ ਤੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਜਿਹੜੇ ਨੇ ਇਹਦੇ ਲਈ ਅਪਲਾਈ ਕਰ ਸਕਦੇ ਨੇ ਤੇ ਸਭ ਤੋਂ ਵੱਡੀ ਗੱਲ ਸਿੱਧੀ ਭਰਤੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਤੁਹਾਡੀ ਜਿਹੜੀ ਹੈ ਟੈਸਟ ਜਿਹੜਾ ਉਹ ਨਹੀਂ ਹੋਏਗਾ ਜੀ ਤੈਨੂੰ ਤਨਖਾਹ ਤੁਹਾਡੀ ప్రతి ਮਹੀਨਾ 30000 ਪਲੱਸ ਤੁਹਾਨੂੰ ਸਪੈਸ਼ਲ ਅਲੋਅנס ਵੀ ਦਿੱਤਾ ਜਾਏਗਾ ਜੀ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਸੀਂ ਕਿੱਦਾਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਰਿਕਰੂਟਮੈਂਟ ਨੂੰ ਸਭ ਤੋਂ ਪਹਿਲਾਂ ਅਪਲਾਈ ਕਰਨ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਹੈ ਜਦੋਂ ਵੀ ਰਿਲੀਜ਼ ਹੋਵੇ ਅਸੀਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਸਕੀਏ ਤੇ ਤੁਸੀਂ ਉਹਨੂੰ ਅਪਲਾਈ ਕਰਕੇ ਉਸ ਦਾ ਲਾਹਾ ਲੈ ਸਕੋ ਤੇ ਨਾਲ ਦੀ ਨਾਲ ਹੋਰ ਵੀ ਕਈ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਜਿਹੜੇ ਨੇ ਆਊਟ ਹੋ ਗਏ ਨੇ ਜੀ ਅਤੇ ਉਹਨਾਂ ਦੀ ਵੀਡੀਓ ਬਣਾ ਕੇ ਚੈਨਲ ਤੇ ਮੈਂ ਕਰ ਚੁੱਕੇ ਆ ਜੀ ਅਪਲੋਡ ਤੇ ਤੁਸੀਂ ਇੱਕ ਵਾਰੀ ਚੈੱਕ ਕਰਕੇ ਉਹ ਵੀ ਅਪਲਾਈ ਕਰ ਲਵੋ ਤਾਂ ਕਿ ਤੁਹਾਨੂੰ ਕੋਈ ਵੀ ਡਾਊਟ ਜਿਹੜਾ ਹੈ ਉਹ ਨਾ ਰਹੇ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਹਰ ਇੱਕ ਇਨਫੋਰਮੇਸ਼ਨ ਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਮੈਂ ਇਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਜਿਹਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਅਫੀਸ਼ੀਅਲ ਡਿਟੇਲ ਜਿਹੜੀ ਜੀ ਉਹਨਾਂ ਦੁਆਰਾ ਰਿਲੀਜ਼ ਕੀਤੀ ਗਈ ਹੈ ਜੀ ਏ ਤੁਸੀਂ ਦੇਖ ਪਾ ਰਹੇ ਹੋ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕਰ ਦਿੱਤਾ ਗਿਆ ਹੈ ਖੇਤੀ ਬਾੜੀ ਅਤੇ ਪਿੰਡੂ ਵਿਕਾਸ ਬੈਂਕ ਦੇ ਵਿੱਚ ਇਸ ਦੇ ਵਿੱਚ ਤੁਸੀਂ ਆਨਲਾਈਨ ਜਿਹੜਾ ਹੈ ਜੀ ਉਹ ਅਪਲਾਈ ਕਰਨਾ ਤੇ ਅਪਲਾਈ ਕਰਨਾ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹ ਇਹਨਾਂ ਦੀ ਵੈਬਸਾਈਟ ਹੈ ਲਿੰਕ ਡਿਸਕ੍ਰਿਪਸ਼ਨ ਚ ਵੀ ਤੁਹਾਨੂੰ ਮੈਂ ਦੇ ਦਾਂਗਾ ਤੇ ਇਸ ਦੇ ਵਿੱਚ ਤੁਸੀਂ 27 ਫਰਵਰੀ ਤੋਂ ਲੈ ਕੇ ਜੋ ਕਿ ਆਲਰੇਡੀ ਸਟਾਰਟ ਹੋ ਗਿਆ ਹੈ ਅਪਲਾਈ ਕਰਨਾ 19 ਮਾਰਚ 2021 ਤੱਕ ਜਿਹੜਾ ਹੈ ਜੀ ਅਪਲਾਈ ਕਰ ਸਕਦੇ ਹੋ ਇਹਨਾਂ ਨੇ ਇਨਸਟ੍ਰਕਸ਼ਨ ਚ ਸਭ ਤੋਂ ਪਹਿਲਾਂ ਇਹ ਹੀ ਲਿਖਿਆ ਹੈ ਕਿ ਜਦੋਂ ਤੁਸੀਂ ਅਪਲਾਈ ਕਰਨਾ ਹੈ ਜੀ ਨੋਟੀਫਿਕੇਸ਼ਨ ਨੂੰ ਪੂਰਾ ਜ਼ਰੂਰ ਪੜ੍ਹਨਾ ਹੈ ਤਾਂ ਕਿ ਅੱਧੀ ਇਨਫੋਰਮੇਸ਼ਨ ਨਾ ਤੁਸੀਂ ਨਾ ਕਰੋ ਤੇ ਕੋਈ ਗਲਤੀ ਨਾ ਕਰ ਲਵੋ ਤੇ ਨਾਲ ਦੀ ਨਾਲ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਤੁਸੀਂ ਆਨਲਾਈਨ ਐਪਲੀਕੇਸ਼ਨ ਜਿਹੜੀ ਹੈ ਜਿਹਦੇ ਵਿੱਚ ਫੀ ਵੀ ਪੇ ਕਰਨੀ ਹੈ ਐਪਲੀਕੇਸ਼ਨ ਉਹ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਹੀ ਕਰਨੀ ਹੈ ਜਿਹੜਾ ਕਿ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਔਰ ਉਹਦੇ ਵਿੱਚ ਤੁਹਾਨੂੰ ਜਿਹੜਾ ਨਿਬਾਰ ਦੀ ਵੈਬਸਾਈਟ ਤੇ ਹੀ ਪੇਮੈਂਟ ਪੇ ਕਰਨੀ ਹੈ ਔਰ ਪਲੱਸ ਉਹਦਾ ਜਿਹੜਾ ਪ੍ਰਿੰਟ ਆਊਟ ਤੁਸੀਂ ਲੈ ਲੈਣਾ ਹੈ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਕੋਈ ਵੀ ਚੇਂਜ ਜੇਕਰ ਕਰਦਾ ਹੈ ਨਿਬਾਰ ਤਾਂ ਉਹ ਉਹਦੇ ਹੱਥ ਵਿੱਚ ਆ ਕਦੇ ਵੀ ਕਰ ਸਕਦਾ ਹੈ ਪੋਸਟਾਂ ਨੂੰ ਲੈ ਕੇ ਸੋ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਕਿਹੜੀ-ਕਿਹੜੀ ਪੋਸਟ ਆਊਟ ਹੋਈ ਹੈ ਜੀ ਸਭ ਤੋਂ ਪਹਿਲੀ ਪੋਸਟ ਜਿਹੜੀ ਆਊਟ ਹੋਈ ਹੈ ਸਾਈਬਰ ਸਿਕਿਉਰਿਟੀ ਮੈਨੇਜਰ ਦੀ ਹੈ ਜੀ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਪ੍ਰੋਜੈਕਟ ਮੈਨੇਜਰ ਵਾਟਰ ਰਿਸੋਰਸ ਮੈਨੇਜਮੈਂਟ ਦੇ ਵਿੱਚ ਹੈ ਜੀ ਨੈਕਸਟ ਹੈਗੀ ਇਹ ਪ੍ਰੋਜੈਕਟ ਮੈਨੇਜਰ ਕਲਾਈਮੇਟ 스마트 ਐਗਰੀਕਲਚਰ ਸੋਇਲ ਐਂਡ ਲੈਂਡ ਮੈਨੇਜਮੈਂਟ ਔਰ ਉਸ ਤੋਂ ਬਾਅਦ ਕਨ ਸਰਵੇਸ਼ਨ ਐ ਜਿਹੜਾ ਐਗਰੀਕਲਚਰ ਹੈ ਉਹਦੇ ਵਿੱਚ ਨਿਕਲੀ ਹੈ ਜੀ ਔਰ ਨੈਕਸਟ ਹੈਗੀ ਹੈ ਲਾਸਟ ਜਿਹੜੀ ਪ੍ਰੋਜੈਕਟ ਮੈਨੇਜਰ ਵੇਸਟ ਮੈਨੇਜਮੈਂਟ ਗ੍ਰੀਨ ਟਰਾਂਸਪੋਰਟੇਸ਼ਨ ਗ੍ਰੀਨ ਫਾਈਨਾਂਸਿੰਗ ਦੇ ਵਿੱਚ ਸੋ ਇਸ ਦੇ ਵਿੱਚ ਨੈਕਸਟ ਅਸੀਂ ਗੱਲ ਕਰਦੇ ਹਾਂ ਇਹਨਾਂ ਨੇ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਐਜੂਕੇਸ਼ਨ ਜਿਹੜੀ ਮੈਂਸ਼ਨ ਕੀਤੀ ਹੋਈ ਹੈ ਪੋਸਟ ਵਾਈ ਸਭ ਤੋਂ ਪਹਿਲੀ ਪੋਸਟ ਲਈ ਕੁਆਲਿਫੀਕੇਸ਼ਨ ਤੁਹਾਡੀ ਜਿਹੜੀ ਹੈ ਜੀ ਉਹ ਇਹਨਾਂ ਨੇ ਮੰਗੀ ਹੈ ਬੈਚਲਰ ਦੇ ਵਿੱਚ ਮਾਸਟਰ ਡਿਗਰੀ ਇਨ ਆਈਟੀ ਐਂਡ ਕੰਪਿਊਟਰ ਸਾਇੰਸ ਤੁਸੀਂ ਕੀਤੀ ਹੈ ਤਾਂ ਤੁਸੀਂ ਉਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਦੇ ਵਿੱਚ ਕੁਝ ਐਕਸਪੀਰੀਅੰਸ ਰਿਕੁਆਇਰਡ ਆ ਉਹਨਾਂ ਨੇ ਮੈਂਸ਼ਨ ਕੀਤਾ ਹੈ ਜ਼ਰੂਰ ਤੁਸੀਂ ਇੱਕ ਵਾਰੀ ਯਾਦ ਨਾਲ ਪੜ੍ਹ ਲੈਣਾ ਤੇ ਨੈਕਸਟ ਅਸੀਂ ਗੱਲ ਕਰਦੇ ਹਾਂ ਰੋਲ ਐਂਡ ਰਿਸਪੌਂਸਿਬਿਲਟੀ ਵੀ ਇਹਨਾਂ ਨੇ ਮੈਂਸ਼ਨ ਕੀਤੀ ਹੈ ਇਹ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰਕੇ ਜ਼ਰੂਰ ਨਾ ਪੜ੍ਹ ਲੈਣਾ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਈਗੀ ਅਗਰ ਮੈਂ ਦੱਸਣ ਜਾਵਾਂਗਾ ਤਾਂ ਉਸ ਤੋਂ ਬਾਅਦ ਨੈਕਸਟ ਪੋਸਟ ਹੈ ਜੀ ਪ੍ਰੋਜੈਕਟ ਮੈਨੇਜਰ ਫਲੈਟਰ ਰਿਸੋਰਸ ਮੈਨੇਜਮੈਂਟ ਇਸ ਦੇ ਵਿੱਚ ਤੁਹਾਡੀ ਅਗਰ ਬੈਚਲਰ ਡਿਗਰੀ ਹੈਗੀ ਹੈ ਜੀ ਔਰ ਤੁਸੀਂ ਸਿਵਲ ਇੰਜੀਨੀਅਰਿੰਗ ਚ ਕੀਤੀ ਹੋਈ ਹੈ ਐਗਰੀਕਲਚਰ ਇੰਜੀਨੀਅਰਿੰਗ ਵਾਟਰ ਸਰ ਮਾਰਕਸ ਆ ਬਾਕੀ ਸਾਰਾ ਲਈ 60% ਮਾਰਕਸ ਜਿਹੜੇ ਨੇ ਅਗਰ ਤੁਸੀਂ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਪੀ ਐਚ ਡੀ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ ਜਾਂ ਵਾਟਰ रिसोर्स ਡਿਵੈਲਪਮੈਂਟ ਦੇ ਵਿੱਚ 55% ਮਾਰਕਸ ਦੇ ਨਾਲ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਬਾਕੀ ਇਹਨਾਂ ਨੇ ਰੋਲ ਰਿਸਪੌਂਸਿਬਿਲਟੀ ਔਰ ਤੋਂ ਐਕਸਪੀਰੀਅੰਸ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ ਤੁਸੀਂ ਯਾਦ ਨਾਲ ਚੈੱਕ ਕਰ ਲੈਣਾ ਜੀ ਨੈਕਸਟ ਹੈ ਕੀ ਹੈ ਜੀ ਪ੍ਰੋਜੈਕਟ ਮੈਨੇਜਰ ਕਲਾਈਮੇਟ ਸਮਾਰਟ ਐਗਰੀਕਲਚਰ ਸੋਇਲ ਲੈਂਡ ਮੈਨੇਜਮੈਂਟ ਐਂਡ ਕਨਜ਼ਰਵੇਟਿਵ ਐਗਰੀਕਲਚਰ ਦੇ ਵਿੱਚ ਇਹਦੇ ਵਿੱਚ ਤੁਸੀਂ ਜਿਹੜਾ ਹੈ ਇਹਦੇ ਵਿੱਚ ਬੈਚਲਰ ਡਿਗਰੀ ਤੁਸੀਂ ਐਗਰੀਕਲਚਰ ਦੇ ਵਿੱਚ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ ਐਗਰੋਨੋਮੀ crop size natural resource ਮੈਨੇਜਮੈਂਟ ਦੇ ਵਿੱਚ 60% ਮਾਰਕਸ ਤੇ ਐਸਸੀ ਐਸਟੀ ਵਾਲਾ ਲਈ 55% ਮਾਰਗਨਲ ਕੀਤੀ ਹੈ ਜਾਂ ਤੁਸੀਂ ਪੀ ਐਚ ਡੀ ਕੀਤੀ ਹੈ ਰੈਲੇਵੈਂਟ ਡਿਸਪਲਨ ਦੇ ਵਿੱਚ ਤਾਂ 55% ਮਾਰਕਸ ਦੇ ਨਾਲ ਤਾਂ ਵੀ ਤੁਸੀਂ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਲਾਸਟ ਜਿਹੜੀ ਹੈ ਪ੍ਰੋਜੈਕਟ ਮੈਨੇਜਮੈਂ ਵੇਸਟ ਮੈਨੇਜਮੈਂਟ ਗ੍ਰੀਨ ਟਰਾਂਸਪੋਰਟੇਸ਼ਨ ਅਤੇ ਗ੍ਰੀਨ ਫਾਈਨੈਂਸਿੰਗ ਦੇ ਵਿੱਚ ਇਸ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈ ਗ੍ਰੈਜੂਏਟ ਡਿਗਰੀ ਜਿਹੜੀ ਹੈ ਪਲੱਸ ਪੀਜੀ ਡਿਪਲੋਮਾ ਹੈਗਾ ਸਰਟੀਫਿਕੇਟ ਪ੍ਰੋਗਰਾਮ ਵੇਸਟ ਮੈਨੇਜਮੈਂਟ ਦੇ ਉੱਪਰ ਜਾਂ ਗ੍ਰੀਨ ਟਰਾਂਸਪੋਰਟੇਸ਼ਨ ਜਾਂ ਗ੍ਰੀਨ ਫਾਈਨਾਂਸਿੰਗ ਦੇ 60% ਮਾਰਕਸ ਦੇ ਨਾਲ ਐਸਸੀਐਸਟੀ 55% ਮਾਰਕਸ ਦੇ ਨਾਲ ਔਰ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੀਤੀ ਹੋਈ ਹੈ ਪੀਐਚਡੀ ਕੀਤੀ ਹੋਈ ਹੈ ਰੈਲੇਵੈਂਟ ਡਿਸਪਲਨ ਦੇ ਵਿੱਚ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਜਿਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਹੈ ਉਹ ਵੀ ਦੱਸ ਦੇਣਾ ਹੈ ਪਲੱਸ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਐਪਲੀਕੇਸ਼ਨ ਫੀ ਜਿਹੜੇ ਐਸਸੀਐਸਟੀ ਜਾਂ ਪੀਡਬਲੂ ਬੀਡੀ ਵਾਲੇ ਨੇ ਉਹ ਇੰਟੀਮੀਸ਼ਨ ਚਾਰਜ ਜਿਹੜੇ ਨੇ ਉਹ ₹50 ਜਿਹੜੇ ਨੇ ਉਹ ਪੇ ਕਰਨੇ ਪੈਣਗੇ ਬਾਕੀ ਅਦਰ ਕੈਟਾਗਰੀ ਸਾਰੀਆਂ ਜਿਹੜੀਆਂ ਨੇ 750 50% ₹50 ਜਿਹੜੇ ਨੇ ਉਹ ਇੰਟੀਮੀਸ਼ਨ ਚਾਰਜਸ ਪੇ ਕਰਨੇ ਟੋਟਲ ਤੁਹਾਡੀ ₹800 ਜਿਹੜੀ ਇਹਦੇ ਵਿੱਚ ਹੈ ਉਹ ਹੋਣ ਵਾਲੀ ਹੈ ਫੀ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਤੁਹਾਡੀ ਸੈਲਰੀ ਦੀ ਜੀ ਇਹਦੇ ਵਿੱਚ ਜਿਹੜੀ ਸੈਲਰੀ ਹੈ ਪੋਸਟ ਨੇਮ ਦੇ ਅਕੋਰਡਿੰਗਲੀ ਜਿਹੜਾ ਸਾਈਬਰ ਸਿਕਿਉਰਿਟੀ ਮੈਨੇਜਰ ਉਹ ਲਈ 13 ਲੱਖ ਤੇ 75 ਹਜ਼ਾਰ ਸਾਲਾਨਾ ਤੁਹਾਡੀ ਜਿਹੜੀ ਹੈ ਉਹ ਰਹੇਗੀ ਔਰ ਇਹਦੇ ਵਿੱਚ ਸਾਰੇ ਆਲ ਇਨਸੈਂਟਿਵ ਜਿਹੜੇ ਨੇ ਉਹ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਮਾਫੀ ਚਾਹੂੰਗਾ ਜੀ ਇਸਦੇ ਵੀ ਤੁਹਾਡੀ ਸੈਲਰੀ 3,75,000 ਪਰ ਮੰਥ ਰਹਿਣ ਵਾਲੀ ਹੈ ਉਸ ਤੋਂ ਬਾਅਦ ਨੈਕਸਟ ਲੈਵਲ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈਗੀ ਹੈ ਉਹਨਾਂ ਲਈ 1.5 ਲੱਖ ਰੁਪਏ ਤੁਹਾਡੀ ਪਰ ਮੰਥ ਸੈਲਰੀ ਰਹਿਣ ਵਾਲੀ ਹੈ ਪਲੱਸ ਅਲੱਗ ਤੋਂ ਵੀ ਜਿਹੜੇ ਤੁਹਾਨੂੰ ਨੇ ਅਲਾਉਂਸ ਜਿਹੜੇ ਨੇ ਉਹ ਦਿੱਤੇ ਜਾਣਗੇ ਜੀ ਇਸਦੇ ਵਿੱਚ ਬਾਕੀ ਡਿਟੇਲ ਤੁਸੀਂ ਇੱਕ ਵਾਰੀ ਜ਼ਰੂਰ ਨਾਲ ਜਿਹੜਾ ਚੈੱਕ ਕਰ ਲੈਣਾ ਐਚ ਆਰ ਇਹ ਵਗੈਰਾ ਉਹਨਾਂ ਨੇ ਮੈਂਸ਼ਨ ਕੀਤਾ ਹੈ ਤੁਸੀਂ ਦੇਖ ਪਾ ਰਹੇ ਹੋ ਜੀ ਠੀਕ ਹੈ ਜੀ ਇਹ ਵੀ ਤੁਸੀਂ ਇੱਕ ਵਾਰੀ ਪੜ ਲੈਣਾ ਤੇ ਬਾਕੀ ਸਾਰਾ ਨੋਟੀਫਿਕੇਸ਼ਨ ਯਾਦ ਨਾਲ ਇੱਕ ਵਾਰੀ ਪੜ ਕੇ ਫਿਰ ਹੀ ਤੁਸੀਂ ਇਹੜਾ ਅਪਲਾਈ ਕਰਨਾ ਹੈ ਜੀ ਲਾਸਟ ਡੇਟ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਜੀ ਜਿਹੜੀ 19 ਮਾਰਚ 2021 ਹੈ ਚਾਹੇ ਤੁਹਾਡੀ ਐਪਲੀਕੇਸ਼ਨ ਫੀ ਹੋਵੇ ਚਾਹੇ ਲਾਸਟ ਡੇਟ ਅਪਲਾਈ ਕਰਨ ਦੀ ਜੀ ਫਿਰ ਵੀ ਇਹ ਨੋਟੀਫਿਕੇਸ਼ਨ ਤੁਹਾਨੂੰ ਇਸ ਵੀਡੀਓ ਦੀ ਜਿਹੜੀ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਡਾਊਨਲੋਡ ਕਰਕੇ ਇੱਕ ਵਾਰੀ ਜ਼ਰੂਰ ਨਾਲ ਪੜ ਲੈਣਾ ਮਿਲਾਂਗਾ ਜੀ ਨਵੀਨ ਇਨਫੋਰਮੇਸ਼ਨ ਦੇ ਵਿੱਚ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਦੇ ਨਾਲ ਤਤਤਕ ਲਈ ਸਤਿ ਸ੍ਰੀ ਅਕਾਲ ਜੀ